एक भाई ने अपनी शादीशुदा बहन, दो बच्चों की मां को बेदर्दी के साथ सोते हुए कईयों के वार करके मौत के घाट उतार दिया। असल में ये वाकया क्यों पेश आया, क्यों उसने अपनी ही बहन को कत्ल कर दिया, इस वक्त वो गमजदा वालदा मौजूद है जिसके बेटे ने ही इन्हीं की बेटी को कत्ल कर दिया, और साथ वो शौहर मौजूद है जिसकी बीवी को कत्ल किया गया। इन दोनों की ज़ुबानी जानते हैं कि ये अफसोसनाक वाकया किस तरह से हुआ। माँ जी, बड़ा अफसोसनाक वाकया है, अल्लाह सबर दवे, की हो गया, किमें हो गया? मैं तुम दसिया नहीं, मैं कोई लड़ाई नहीं, कोई झगड़ा नहीं होया, ये कोई सुते सुते ही मैं बीमार हाँ, इतने मेरी मर्जी जाई नहीं, इतने तो जाके तो इतने ही बनो आई गए, आके तो अपना छाया तो बाया तो आई, किन्ने दिन हो गए डॉक्टर को लेके तो पाई दे जाइए तनु बा, कभी बोतल लुआ, कोई टीके लुआ, कोई कोई हूँ मैंने किसी बेचो नहीं किसी, मेरी जो जल्दी मार गई है मैंने कभी बेचा मम्मी नहीं पूछा, वो पुत्र है मेरा मेरे ज्यादा ही जान ला जो मार गई। माँ जी, किन्ने बच्चे तड़े? बच्चे एक मेरी चीज बीस पर भी आई, वो आई हूँ आई है, ठीक है, दो फोटो हो गई ने, एक पहले फोटो आई हां, एक जड़े नदीम हो रही ने ना, हां जी, ये ना दी मां थी, अच्छा, और बच्चे भरा जड़े दौड़े वो दी छोटी बहन, ठीक है, दूजा है सदीक और दे छोटा, और दे छोटी है ऐसी आई वो आई, ठीक है, तीन बच्चियां तड़ियां, तीन बच्चियां हैं, ते बच्चे कितने? बच्चे चार साल, चार, असगर जिहड़ा है ए वड्डा है, ए सारिया तो छोटा जी, असगर सब तो छोटा है, सब तो छोटा जी, बच्ची तुहाडी इत्थे ही रहिंदी सी तुहाडे कोल ही? हां, मेरे कोल भी रहिंदी सी, सरगुर दे भी जांदी सी अपने सौहरियां दे भी, अच्छा, अगे चार महीने रह के आईए बच्चे उन्नू आते हैं भी अम्मी सानू लै चल एक बारी नानी को, त्रै चार महीने हो गए हसदे हैं तो खेलते हैं, बाढ़ी की इन्हां ने सारे काम किए ने, कोई ऐसी कुदरत रब दी है जड़ी अगो होने चली है, दबा के फिर गया नहीं, कोई लड़ाई नहीं, कोई झगड़ा नहीं। असगर दे बच्चे गए ने, एदी बीवी तलाक हुई, इनू असगर मर गई थी, अच्छा, फौत हो गई थी, फौत हो गई, अच्छा, हाँ, तो कदों दी, कितने साल हो गए? बहुत चिर हो गया, बच्चे तो छोटे छोटे हम जड़े पाले ने, मेरे तो साल जान मेरी तीन, उससे तीन है, हाँ, ਜਿਹੜੀ ਜਿਹਨੂੰ ਮਾਰਤਾ ਇਹਨੇ, ਹਾਂ, ਉਹਨੇ ਤੇ ਮੈਂ ਹੀ ਪਾਲੇ ਬੱਚੇ, ਵੱਡੇ ਕਿਤੇ ਵੱਡੇ ਕਿਤੇ, ਉਹ ਕੋਈ ਬੱਚਾ ਉਹਦਾ ਬਾਹਰ ਵੀ ਚਲਾ ਗਿਆ ਇੱਧਰੋਂ, ਮਤਲਬ ਚਲਾ ਜਾਂਦਾ ਘਰ ਨਹੀਂ ਰਹਿੰਦਾ, ਉਹ ਬਾਹਰ ਵੀ ਪਤਾ ਨਹੀਂ ਕੋਈ ਕਿਹਦਾ, ਦਸ ਘਰ ਦਾ ਅਸਗਰ ਕੋਈ ਦੋ ਸਾਲ ਹੋ ਗਏ ਨੇ, ਪਤਾ ਨਹੀਂ ਕਿੱਥੇ ਹੁੰਦਾ, ਕਿੱਥੇ ਆਇਆ ਹੀ ਨਹੀਂ ਉਹ ਘਰ, ਇੱਕ ਬੱਚੀ ਹੈ ਉਹਦੀ, ਆਇਆ ਬੱਚੀ ਜੀ। ਮਾਂ ਜੀ, ਕੀ ਲੜਾਈ ਝਗੜਾ ਹੁੰਦਾ ਸੀ, ਕਿਉਂ ਹੋ ਗਿਆ ਸਭ ਕੁਛ? ਤੁਹਾਨੂੰ ਮੈਂ ਪਤਾ ਚਲੇ, ਮੈਂ ਜਿਹੜਾ ਚਿੱਟਾ ਝਾਟਾ ਹੋ ਗਿਆ, ਮੈਂ ਕੋਈ ਲੜਾਈ ਝਗੜਾ ਹੋਇਆ ਹੀ ਨਹੀਂ, ਇਹ ਕੁਦਰਤ ਸੁੱਤਿਆ ਸੁੱਤਿਆ ਰਾਤੀ ਇਹਦਾ ਦਿਮਾਗ ਫਿਰ ਗਿਆ ਅਤੇ ਇਹ ਵਾਕਿਆ ਹੋ ਗਿਆ। ਉਹ ਤਾਂ ਪੁਲਿਸ ਨੂੰ ਬਿਆਨ ਦਿੰਦਾ ਕਿ ਮੇਰੀ ਲੜਾਈ ਹੋਈ ਹੈ ਪਹਿਲੇ ਸ਼ਾਮ ਨੂੰ, ਔਰ ਉਹ ਘਰ ਦਾ ਕੋਈ ਮਸਲਾ ਸੀ, ਉਹ ਘਰ 'ਚ ਰਹਿੰਦੀ ਸੀ, ਮੈਂ ਨਹੀਂ ਮਤਲਬ ਚਾਹੁੰਦਾ ਸੀ ਕਿ ਉਹ ਇੱਥੇ ਰਹੇ, ਉਹ ਆਪਣੇ ਬੱਚਿਆਂ ਨੂੰ ਇੱਧਰ ਰੱਖਣਾ ਚਾਹੁੰਦੀ ਸੀ, ਐਂ ਦਾ ਬਿਆਨ ਦਿੰਦਾ ਪੁਲਿਸ ਨੂੰ ਤੁਹਾਡਾ ਪੁੱਤਰ। ਉਹ ਪਿਆਰ ਦੇ ਨਾ ਜੋ ਮਰਦੀ ਹੈ ਪਿਆਰ ਗੱਲ ਨਹੀਂ ਹੈ ਜਿੰਨੀ ਮੈਂ ਤੁਹਾਨੂੰ ਦੱਸੀ ਘਰ ਵਿੱਚ, ਉਹ ਜਿਹਦੇ ਜਿਹਦੇ ਤੇ ਮਰਦੀ ਹੈ ਬਿਆਨ ਪਿਆਰ ਨਹੀਂ, ਨਸ਼ਈ ਹੈ ਤੁਹਾਡਾ ਬੇਟਾ ਜਿਹਨੇ ਕਤਲ ਕੀਤਾ ਹੈ, ਜ਼ਿਹਨੀ ਤਵਾਜ਼ਨ ਖਰਾਬ ਹੈ ਉਹਦਾ, ਪਾਗਲ ਹੈਗਾ, ਕੌਣ ਹੈ ਜੇ ਨਸ਼ਾ ਵੀ ਨਹੀਂ ਸੀਗੇ ਤੂੰ ਵੀ ਨਹੀਂ ਛਿੱਕਦਾ, ਨਸ਼ਾ ਵੀ ਨਹੀਂ ਕਰਦਾ, ਠੀਕ ਹੈਗਾ, ਤੰਦਰੁਸਤ ਹੈ, ਤੰਦਰੁਸਤ ਵੀ ਨਹੀਂ ਜੇ, ਮੈਂ ਵੀ ਦੱਸਦੀ ਹਾਂ ਤੰਦਰੁਸਤ ਵੀ ਨਹੀਂ ਹੈ, ਪਿਛਾ ਪੜੋਕੇ ਬਿਮਾਰ ਹੋ ਗਏ ਤੇ ਪਾਗਲ ਹੋ ਗਿਆ ਸੀ, ਹੁਣ ਵੀ ਕਿਸੇ ਵੇਲੇ ਕਿਸੇ ਵੇਲੇ ਇਹਦਾ ਦਿਲ ਨਹੀਂ ਸੀ ਕੰਮ ਕਰ, ਬਸ ਇੰਨੀ ਗੱਲ ਜੇ ਅੱਗੋਂ ਉਹ ਜਿਕਣ ਨਿਕਣ ਜੇ ਮਰਜ਼ੀ ਹੈ ਬਿਆਨ ਪਿਆ ਦੇ, ਮੇਰਾ ਚਿੱਟਾ ਝਾਟਾ ਜੇ ਤੁਹਾਡੀ ਮਾਵਾ ਜਿਹੀ ਮਾਂ ਆ, ਬਸ ਇਹ ਬਿਆਨ ਜੇ ਮੇਰਾ, ਹੋਰ ਕੋਈ ਬਿਆਨ ਨਹੀਂ, ਅੱਗੇ ਵੀ ਜਾਂਦੇ ਤਾਂ ਆਪਾਂ ਕਿਸੇ ਵੇਲੇ ਘੁੰਮ ਜਾਂਦਾ ਹੁੰਦਾ ਸੀ, ਅੱਗੇ ਵੀ ਇੰਝ ਕਰਦਾ ਸੀ, ਨਹੀਂ
ਉਹਨੇ ਪਹਿਲਾਂ ਗੱਲਾਂ ਕਰੀਆਂ ਵੀ ਫਲਾਣਾ ਇੰਝ ਕਰਦਾ ਹੀ, ਫਲਾਣਾ ਇੰਝ ਕਰਦਾ ਹੀ, ਫਲਾਣਾ ਇੰਝ ਕਰਦਾ ਹੀ। ਦਿਨ ਭੋਗਦਾ ਨਾਲ ਉਹ ਕਹਿੰਦਾ ਮੇਰੀ ਬੱਚੀ ਜਿਹੜੀ ਹੈਗੀ ਸੀ ਉਹਦੀ ਬੇਟੀ ਉਹਨੂੰ ਵੀ ਮਾਰਦੀ ਸੀ, ਪਤਾ ਨਹੀਂ ਸਿਸਟਰ ਪੁਲਿਸ ਨੂੰ ਦੱਸਦਾ ਉਹ ਪਤਾ ਮੇਰੀ ਰੌਣਕ ਦਾ ਉਹ ਦਿਨ ਉਹਦਾ ਸਹੀ ਹੋਵੇ ਤੇ ਕਿਉਂ ਗੱਲਾਂ ਇਹ ਵਧੀਆ ਕਰੇ, ਉਹਦਾ ਦਿਨ ਨਹੀਂ ਤੇ ਕੰਮ ਕਰਦਾ। ਫੇਰ ਬੇਟੀ ਸੀ ਤੁਹਾਡੀ ਉਹ ਕਿੱਥੇ ਸੁੱਤੀ ਸੀ? ਅੱਛਾ ਨਾਲ ਦੀ ਮੰਜੀ ਤੇ। ਹਾਂ ਦੱਸਦੀ ਨੀ ਇੱਕ ਮੰਜੀ ਆ, ਇੱਥੇ ਮੇਰੀ ਪੋਤਰੀ ਹੈ। ਅੱਛਾ ਇੱਥੇ ਮੈਂ ਆ, ਉਹ ਇੱਥੇ ਮੇਰੀ ਹੁੰਦੀ ਸੀ ਪਹਿਲਾਂ, ਜਿਹਦੇ ਬਿਮਾਰ ਹੋਈਆਂ ਸੌੜ ਕਾਹਲੀ ਪੈਂਦੀ ਸੀ ਨਾ, ਉਹਦੀ ਮੇਰੀ ਮੰਜੀ ਇੱਥੇ ਆਉਂਦੀ ਹੈ, ਮੈਂ ਇੱਥੇ ਸਮਿਆ ਕਰ। ਤੁਸੀਂ ਸੋ ਰਹੇ ਸੀ, ਕਿਵੇਂ ਪਤਾ ਲੱਗਾ ਤੁਹਾਨੂੰ ਕਿ ਇਹ ਹੋ ਗਿਆ ਸਭ ਕੁਛ? ਪੁੱਤਰ ਮੇਰੀ ਗੱਲ ਸੁਣ, ਮੈਨੂੰ ਤੇ ਕੋਈ ਉਸ ਵੇਲੇ ਮੇਰੇ ਦਿਮਾਗ ਨੂੰ ਕੋਈ ਚੜ ਗਿਆ ਸੀ, ਬਲੱਡ ਤੇਜ਼ ਹੋ ਗਿਆ ਸੀ। ਹੁਣ ਵੀ ਮੈਨੂੰ ਬਲੱਡ ਮੇਰਾ ਤੇਜ਼ ਹੋ ਜਾਂਦਾ ਸੀ, ਮੈਨੂੰ ਸਮਝ ਹੀ ਨਹੀਂ ਆਉਂਦੀ ਕੀ ਹੋਇਆ ਤੇ ਕੀ। ਅੱਲਾ ਪਾਕ ਤੁਹਾਨੂੰ ਸਬਰ ਦੇਵੇ। ਹੈਂ ਹੋਰ ਗੱਲਾਂ ਵਿੱਚੋਂ ਐਵੇਂ ਗੱਲਾਂ ਦੇ ਸੋ ਰਹੇ ਸੀ, ਫਿਰ ਇੱਥੇ ਸੋ ਰਹੇ ਸੀ, ਇੱਥੇ ਪੁੱਤਰ ਸੋ ਰਿਹਾ ਸੀ, ਉੱਥੇ ਬੇਟੀ ਸੀ, ਇੱਥੇ ਤੁਸੀਂ ਸੀ। ਹਾਂ ਇਹ ਕਿ ਪਤਾ ਨਹੀਂ ਕਿਹੜੇ ਵੇ ਉੱਠਿਆ। ਹਾਂ ਤੇ ਕਿਹੜੇ ਵੇ ਉੱਠ ਕੇ ਤੇ ਬਾਹਰ ਕਰ ਕੀਤੀ, ਕਿਹੜਾ ਦਿਮਾਗ ਨਹੀਂ ਕੰਮ ਕੀਤਾ ਤੇ ਕੀਤਾ ਤੂੰ? ਹੈਂ ਜੇ ਦਿਮਾਗ ਕੰਮ ਕਰਦਾ ਤੇ ਇੰਨਾ ਦਮਾ ਪੈਰ ਪੈਰਾਂ ਦਾ ਸਲੂਕ, ਉਹ ਜੋ ਮਰਜ਼ੀ ਹੈ ਪਿਆ ਦਿਖਾਏ ਤੇ ਪਿਆ ਕਰੇ, ਉਹ ਬਸ ਇੱਥੇ ਮਾਰਦਾ ਤੇ ਇੰਨੀ ਹੀ ਹੋਈ ਹੈ। ਤੇ ਹੁਣ ਸਜ਼ਾ ਉਹਨੇ ਕੀਤਾ ਤੇ ਗਲਤ ਹੈ, ਉਹਨੂੰ ਸਜ਼ਾ ਹੋਣੀ ਚਾਹੀਦੀ ਮਾਂ ਜੀ? ਪੁੱਤਰ ਜੇਕਰ ਮਰਜ਼ੀ ਹੈ ਤੁਸੀਂ ਕਰੋ, ਮੈਂ ਤੁਹਾਡੇ ਅੱਗੇ ਹੱਥ ਬੰਨ੍ਹਦੀ, ਮੈਂ ਤੁਹਾਡੀ ਮਾਵਾਂ ਜਿਹੀ ਮਾਂ ਆ, ਇਹ ਹੁਣ ਤੁਹਾਡੀ ਮਰਜ਼ੀ ਅਤੇ ਦਾਦੀ ਮਰਜ਼ੀ ਹੈ, ਮੈਨੂੰ ਧੀ ਨਹੀਂ ਲੱਭਣੀ। ਸਾਰੀ ਉਮਰ ਬੱਚੇ ਉਹਦੇ ਨਿੱਕੇ ਨੇ ਜੇ ਲੜ ਲਿਆ ਕੇ ਮਰ ਗਈ, ਮੈਨੂੰ ਉਹ ਦੂਜੀ ਵੱਡੀ ਜਿਹੀ ਭੁੱਲੀ, ਉਹ ਮਰ ਗਈ ਉਹ ਨਹੀਂ ਲੱਭੀ, ਇਹਨੇ ਕਿੱਥੋਂ ਲੱਭਣੇ? ਉੱਥੇ ਗਏ ਆ ਵੀ ਕੋਈ ਬੰਦਾ ਲੱਭਦਾ ਜੀ। ਉਂਝ ਹੀ ਫੋਤ ਹੋਈ ਸੀ ਪਹਿਲੀ ਬੇਟੀ ਤੁਹਾਡੀ ਬਿਮਾਰੀ ਦੀ ਵਜ੍ਹਾ ਤੋਂ? ਕਿਉਂ ਨਹੀਂ ਬਿਮਾਰੀ ਦੀ ਵਜ੍ਹਾ ਤੋਂ ਫੌਤ ਹੋਈ ਸੀ ਉਹ ਪਹਿਲੀ ਵਾਲੀ? ਹਾਂ ਇੱਥੇ ਬੰਦਾ ਉਹਦਾ ਨਾਂ ਹੈ, ਬੱਚੇ ਉਹਦੇ ਕੋਲ, ਸਾਰੀ ਬਿਮਾਰੀ ਨਾਲ ਹੀ ਫੌਤ ਹੋਏ ਨੇ। ਅੱਲਾ ਪਾਕ ਸਬਰ ਦੇ ਤੁਹਾਨੂੰ।